ਮੇਹਰਬਾਨ ਸਾਹਿਬ ਮੇਹਰਬਾਨ ਸਾਹਿਬ ਮੇਰਾ ਮੇਹਰਬਾਨ ਸਾਹਿਬ ਮੇਰਾ ਮੇਹਰਬਾਨ ਸਾਹਿਬ ਮੇਰਾ ਜੀ ਸਗਲ ਕੋ ਦੇ ਦਾਨ ਜਿਸ ਗਲ ਕੋ ਦੇ ਦਾਂ ਜਿਸ ਗਲ ਕੋ ਦੇ ਦਾਂ ਜਿਸ ਗਲ ਕੋ ਸੋਈ ਤੇ ਅਦਾ
ਕੁਦਰਤ ਕੀ ਨਾ ਜਾਣੀ
सगल को देता, जी सगल को देता। साहेब मेरा सगल को देना, जी सगल को देना। साहेब मेरा मेहरबा, साहेब मेरा मेहरबा, मेहरबान साहेब मेहरबा, साहेब मेरा बड़े पाग पेटे गुरुदेवा, कोट प्राद मिटे हर सेवा।
ਪਰਾਧ ਮਿਟੇ ਹਰ ਸੇਵਾ ਬੰਦਨਾ ਹਰ ਬੰਦਨਾ ਬੰਦਨਾ ਹਰ ਬੰਦਨਾ ਗੁਣ ਗਾਵ ਗੋਪਾਲ ਰਾਏ ਗੁਣ ਗਾਵ ਗੋਪਾਲ ਰਾਏ ਗੁਣ ਗਾਵ ਗੋਪਾਲ ਰਾਏ ਗੁਣ ਗਾਵ ਗੋਪਾਲ ਰਾਏ ਬੰਦਨਾ ਹਰ ਬੰਦਨਾ ਬੰਦਨਾ ਹਰ ਬੰਦਨਾ ਗੁਣ ਗਾਵ ਗੋਪਾਲ ਰਾਏ ਗੁਣ ਗਾਵ ਗੋਪਾਲ ਰਾਏ ਵੱਡੇ ਪਾਗ ਪੇਟੇ ਗੁਰਦੇਵਾ ਕੋਟ ਬਰਾਦ ਮਿਟੇ ਹਰ ਸੇਵਾ ਚਰਨ ਕਮਲ ਜਾ ਕਾ ਮਨ ਰਾਪ ਸੋਗ ਅਗਨ ਤਿਸ ਜਨ ਨਾ ਵਿਆਪ ਸੋਗ ਅਗਨ ਤਿਸ ਜਨ ਨਾ ਵਿਆਪ ਸੋਗ ਅਗਨ ਤਿਸ ਜਨ ਬੰਦਨਾ ਹਰ ਬੰਦਨਾ ਬੰਦਨਾ ਹਰ ਬੰਦਨਾ ਗੁਣ ਗਾਵ ਗੋਪਾਲ ਰਾਏ ਗੁਣ ਗਾਵ ਗੋਪਾਲ ਰਾਏ ਗੁਣ ਗਾਵ ਗੋਪਾਲ ਰਾਏ ਗੁਣ ਗਾਵ ਗੋਪਾਲ ਰਾਏ ਸਾਗਰ ਤਰਿਆ ਸਾਧੂ ਸੰਗੇ ਨਿਰਭਉ ਨਾਮ ਜਪੋ ਹਰ ਰੰਗੇ ਸਾਗਰ ਤਰਿਆ ਸਾਧੂ ਸੰਗੇ ਨਿਰਭਉ ਨਾਮ ਜਪੋ ਹਰ ਰੰਗੇ ਪਰਤਨ ਦੋਖ ਕਿਛ ਪਾਪ ਨ ਬੰਦਨਾ ਹਰ ਬੰਦਨਾ ਗੁਣ ਗਾਵ ਗੋਪਾਲ ਰਾਏ ਗੁਣ ਗਾਵ ਗੋਪਾਲ ਰਾਏ ਗੁਣ ਗਾਵ ਗੋਪਾਲ ਰਾਏ ਗੁਣ ਗਾਵ ਗੋਪਾਲ ਰਾਏ Thank you.
ਅਗਨ ਪ੍ਰਭ ਆਪ ਬੁਝਾਈ, ਨਾਨਕ ਉਤਰੇ ਪ੍ਰਭ ਸਰਣਾਈ, ਨਾਨਕ ਉਤਰੇ ਪ੍ਰਭ ਸਰਣਾਈ, ਨਾਨਕ ਉਤਰੇ ਪ੍ਰਭ ਸਰਣਾਈ, ਬੰਦਨਾ ਹਰ ਬੰਦਨਾ, ਬੰਦਨਾ ਹਰ ਬੰਦਨਾ, ਗੁਣ ਗਾਵੋ ਗੋਪਾਲ ਰਾਏ, ਗੁਣ ਗਾਵੋ ਗੋਪਾਲ ਰਾਏ, ਗੁਣ ਗਾਵੋ ਗੋਪਾਲ ਰਾਏ, ਗੁਣ ਗਾਵੋ ਗੋਪਾਲ ਰਾਏ, ਗੁਣ ਗਾਵੋ ਹਾਜ਼ਰੀ ਆਪ ਜੀਆਂ ਨੇ ਪ੍ਰਵਾਨ ਕਰਨੀ ਜੀ, ਸ਼ਬਦ ਬਾਣੀ ਪੜ੍ਹਦੇ ਹਾਂ, ਕੀਰਤਨ ਕਰਦੇ ਹਾਂ, ਬੇਅੰਤ ਗਲਤੀਆਂ ਭੁੱਲਾਂ ਚੁੱਕਾਂ ਗਲਤੀਆਂ ਹੋ ਜਾਂਦੀਆਂ, ਸੰਗਤ ਅਤੇ ਗੁਰੂ ਮਹਾਰਾਜ ਅੱਗੇ ਤੋਂ ਸੋਝੀ ਬਖਸ਼ਣ ਕਰਨ ਜੀ ਆਓ। ਸਾਡੇ ਬਹੁਤ ਸਤਿਕਾਰਯੋਗ ਬੀਬੀ ਚੰਚਲਦੀਪ ਕੌਰ ਜੀ, ਜਿਨ੍ਹਾਂ ਦਾ ਢੱਡੀ ਜਥਾ ਪਹੁੰਚ ਚੁੱਕਾ ਹੈ, ਆਓ ਉਹਨਾਂ ਪਾਸੋਂ ਗੁਰ ਇਤਿਹਾਸ ਸਰਵਣ ਕਰਦੇ ਹਾਂ ਜੀ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ, ਸਭ ਤੋਂ ਪਹਿਲਾਂ ਦਾਸ ਕੋਈ ਧੰਨ ਧੰਨ ਸ੍ਰੀ ਨਾਭ ਕਮਲ ਰਾਜਾ ਸਾਹਿਬ ਜੀ ਦੀ ਜੀਵਨੀ ਦੇ ਕੁਛ ਤੁਸ਼ ਬੁੱਧੀ ਮੁਤਾਬਕ ਦੱਸਣ ਦੀ ਕੋਸ਼ਿਸ਼ ਕਰਾਂ ਅਤੇ ਗੁਰੂ ਦਸਮ ਪਾਤਸ਼ਾਹ ਵੱਲੋਂ ਬਖਸ਼ੀ ਹੋਈ ਫਤਿਹ ਦੀ ਸਾਂਝ ਪਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸਾਹਿਬੇ ਕਮਾਲ, ਕਲਯੁਗ ਦੇ ਜਹਾਜ਼, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਅੱਜ ਦਾ ਜੋ ਦੀਵਾਨ ਸ੍ਰੀ ਨਾਭ ਕਮਲ ਰਾਜਾ ਸਾਹਿਬ ਜੀ ਦੀ ਸਾਲਾਨਾ
ਜਿਹਨਾਂ ਦਾ ਜਨਮ 7 ਫੱਗਣ 1862 ਈਸਵੀ ਨੂੰ ਹੋਇਆ। ਵੱਖ ਵੱਖ ਗੁਰੂ ਘਰਾਂ ਦੇ ਵਿੱਚ ਤਕਰੀਬਨ ਬਹੁਤ ਦੇਸ਼ਾਂ ਦੇ ਵਿੱਚ ਇੰਗਲੈਂਡ, ਕਨੇਡਾ, ਜਰਮਨੀ, ਆਸਟ੍ਰੇਲੀਆ, ਕਾਫੀ ਦੇਸ਼ਾਂ ਦੇ ਵਿੱਚ ਜਿੱਥੇ ਵੀ ਦੁਆਬੇ ਦੀ ਸੰਗਤ ਰਹਿੰਦੀ ਆ ਉਹਨਾਂ ਦਾ ਜਨਮ ਦਿਨ ਵੀ ਮਨਾਉਂਦੇ ਆ ਅਤੇ ਉਹਨਾਂ ਦੀ ਬਰਸੀ ਵੀ ਮਨਾਈ ਜਾਂਦੀ ਹੈ, ਕਿਉਂਕਿ 15 ਭਾਦੋਂ 1940 ਨੂੰ ਉਹਨੇ ਸਰੀਰ ਛੱਡਿਆ ਸੀ। ਦਾਸ ਕਾਫੀ ਸਮੇਂ ਤੋਂ ਜਦੋਂ ਉੱਧਰ ਗੁਰਦੁਆਰਾ ਸੀ ਇਹ ਸੈਕਟਰੀ ਸਾਹਿਬ ਉਦੋਂ ਵੀ ਹੁੰਦੇ ਸੀ ਅਤੇ ਸਾਡੇ ਹੋਟਰੀ ਸਾਹਿਬ ਦੁਮਨ ਸਿੰਘ ਉਨੀ ਸੰਘੇੜੇ ਉਨੀ ਬੈਠੇ ਆ, ਇਹ ਸਾਰੇ ਪ੍ਰਬੰਧਕ ਕਮੇਟੀ ਦੇ ਮੈਂਬਰ ਬੜੇ ਚਿਰਾਂ ਤੋਂ ਜਾਣਦੇ ਆ ਔਰ ਇਹਨਾਂ ਦਾ ਬੜਾ ਸਹਿਯੋਗ ਹੈ। ਸ੍ਰੀ ਨਾਭ ਕੁੰਵਰ ਰਾਜਾ ਸਾਹਿਬ ਜੀ ਦੇ ਬਾਰੇ ਮੇਰੇ ਤੋਂ ਪਹਿਲਾਂ ਸੁਖਵਿੰਦਰ ਸਿੰਘ ਜੀ, ਭਾਅ ਜੀ ਰੋਸ਼ਨ ਸਿੰਘ ਹੁਣੀ, ਆਪ ਇਹਨਾਂ ਨੂੰ ਕੁਦਰਤ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ ਲਿਖਣ ਦੇ ਲਈ। ਮੈਂ ਥੋੜ੍ਹਾ ਜਿਹਾ ਦੱਸਾਂ 2 ਮਿੰਟ ਦੇ 'ਚ ਵੀ ਜਿਹੜੇ ਭਾਈ ਰੋਸ਼ਨ ਸਿੰਘ ਜੀ ਬੋਲ ਕੇ ਗਏ ਆ, ਇਹਨਾਂ ਦੇ ਛੋਟੇ ਭਰਾਤਾ ਬਾਬਾ ਦਿਲਾਵਰ ਸਿੰਘ ਜੀ ਜਿਹਨਾਂ ਨੂੰ ਬ੍ਰਹਮ ਜੀ ਕਹਿੰਦੇ, ਉਹ ਮਾਣਕੋ ਘੜਿਆਲ ਦੇ ਵਿੱਚ ਇੱਕ ਬਹੁਤ ਵੱਡਾ ਸਥਾਨ ਹੈ ਸੰਤ ਬਾਬਾ ਭਾਗ ਸਿੰਘ ਜੀ ਐਜੂਕੇਸ਼ਨ ਟਰੱਸਟ। ਪੰਜਾਬ ਦੇ ਵਿੱਚ ਜੇ ਮੈਂ ਕਹੂੰਗਾ, ਚਲੋ ਦੁਆਬੇ 'ਚ ਕਹਿੰਦੇ ਹਾਂ, ਜਿਹੜੀ ਸੰਤਾਂ ਮਹਾਂਪੁਰਸ਼ਾਂ ਵੱਲੋਂ ਕੋਈ ਸੰਸਥਾ ਲੋਕਾਂ ਦੇ ਭਲੇ ਲਈ ਚੱਲਦੀ ਆ, ਉਹ ਸਿਰਫ ਅਤੇ ਸਿਰਫ ਹੁਸ਼ਿਆਰਪੁਰ, ਜਲੰਧਰ ਅਤੇ ਕਪੂਰਥਲੇ ਦੇ ਬਿਲਕੁਲ ਤਿੰਨਾਂ ਜ਼ਿਲ੍ਹਿਆਂ ਦੇ ਕੋਰਨਰ 'ਤੇ, ਉਹਨੂੰ ਜੱਬੜ ਵੀ ਕਹਿੰਦੇ ਨੇ ਕਿਉਂਕਿ 4 ਪਿੰਡ ਆ, ਮਾਣਕੋ ਘੜਿਆਲ, ਉੱਥੇ ਹੋਰ ਵੀ ਪਿੰਡ ਹੈਗੇ ਨਾਲ, ਉੱਥੇ ਸੰਤ ਬਾਬਾ ਭਾਗ ਸਿੰਘ ਜੀ ਉਹਨਾਂ ਵੱਲੋਂ ਜਿਹੜੋ ਮਿਸ਼ਨ ਚਲਾਇਆ ਸੀ, ਸੰਤ ਬਾਬਾ ਹਰਦਿਆਲ ਸਿੰਘ ਜੀ, ਸੰਤ ਬਾਬਾ ਬਲਕੀਰ ਸਿੰਘ ਜੀ ਨੇ ਉਪਰਾਲੇ ਸਦਕਾ ਇੱਕ ਪ੍ਰਾਇਮਰੀ ਸਕੂਲ ਤੋਂ ਅੱਜ ਯੂਨੀਵਰਸਿਟੀ ਬਣੀ ਹੋਈ ਆ। ਭਾਈ ਸਾਹਿਬ ਭਾਈ ਦਵਿੰਦਰ ਸਿੰਘ ਜੀ ਫਰੀਮੌਂਟ ਗੁਰੂ ਘਰ ਦੇ ਸਾਬਕਾ ਪੰਚ ਪ੍ਰਧਾਨੀ ਦੇ ਮੈਂਬਰ ਅਤੇ ਉੱਥੇ ਦੇ ਪ੍ਰਧਾਨ ਵੀ ਬੈਠੇ ਆ, ਇਹਨਾਂ ਵੱਲੋਂ ਸਾਨੂੰ ਮਾਇਆ ਇਕੱਠੀ ਕਰਕੇ ਸੰਗਤ ਵੱਲੋਂ ਦਿੱਤੀ ਸੀ। 2013 'ਚ ਯੂਨੀਵਰਸਿਟੀ ਬਣੀ ਸੀ, ਦਾਸ ਕੋਈ ਨਹੀਂ ਉਦੋਂ 13-14 ਲੱਖ ਰੁਪਈਆ ਭੇਜਿਆ ਸੀ। ਸੋ ਉੱਥੇ ਦੇ ਜਿਹੜੇ ਪਿਛਲੇ ਸਾਲ ਉਹਨਾਂ ਉਹ ਚਲਾਣਾ ਕਰ ਗਏ ਸੀ ਬਾਬਾ ਦਿਲਾਵਰ ਸਿੰਘ ਜੀ, ਉਹਨਾਂ ਦੇ ਵੱਡੇ ਭਰਾਤਾਂ ਨੇ, ਇਹਨਾਂ ਨੂੰ ਗੁੜਤੀ ਲੱਗੀ ਆ ਵੀ ਇਸ ਧਰਮ ਕਰਮ ਦੇ ਕੰਮ ਕਰਨ ਦੇ। ਸੋ ਉਹਨਾਂ ਦਾ ਵੀ ਬੜਾ ਧੰਨਵਾਦ ਹੈ। ਸ੍ਰੀ ਨਾਭ ਕੁੰਵਰ ਰਾਜਾ ਸਾਹਿਬ ਜੀ ਦਾ ਜਨਮ ਜਿਹੜਾ 7 ਫੱਗਣ 1862 ਨੂੰ ਪਿੰਡ ਬੱਲੋਵਾਲ, ਜ਼ਿਲ੍ਹਾ ਨਵਾਂਸ਼ਹਿਰ, ਅੱਗੇ ਜਲੰਧਰ ਸੀ, ਉੱਥੇ ਹੋਇਆ। ਨਾਨਕੇ ਪਰਿਵਾਰ ਦੇ ਵਿੱਚ ਜਨਮ ਹੋਇਆ ਨਾਨਕਾ। ਬਾਬਾ ਖਜ਼ਾਨਾ ਸਿੰਘ ਜੀ ਨਾਨਾ ਲੰਬੜਦਾਰ ਸੀ, ਉੱਧਰੋਂ ਮੰਨਣ ਹਨ ਜਿੱਥੇ ਭਾਈ ਸਾਹਿਬ ਹੁਣ ਦਾ ਜੱਦੀ ਪਿੰਡ ਹੈ ਦਵਿੰਦਰ ਸਿੰਘ ਹੁਣ ਦਾ, ਉੱਥੇ ਅਤੇ ਉਹ ਸਰਦਾਰ ਬਾਬਾ ਨੌਧਾ ਸਿੰਘ ਜੀ ਜਿਹੜੇ ਕਿ 125 ਘਮਾਨ ਦੇ ਮਾਲਕ ਸੀ, ਜਗੀਰਦਾਰ ਸਨ, ਬੜੀ ਇਲਾਕੇ ਦੇ ਵਿੱਚ ਚੜ੍ਹ ਸੀ। ਜਦੋਂ ਰਾਜਾ ਸਾਹਿਬ ਜੀ ਦਾ ਜਨਮ ਹੋਇਆ ਤਾਂ 25 ਘਮਾਂ ਜ਼ਮੀਨ ਇਹਨਾਂ ਦੇ ਬਜ਼ੁਰਗਾਂ ਨੇ, ਕੰਗਰੌੜ ਪਿੰਡ ਪੈਂਦਾ ਜੀ ਇੱਥੇ ਸਾਡੇ ਕੋਲ ਬ੍ਰਾਹਮ ਦੇ ਲਾਗੇ, ਉਹ ਦਾਨ ਕੀਤੀ ਵੀ ਸਾਡੇ ਘਰ ਬੱਚਾ ਪੈਦਾ ਹੋਇਆ, ਇੰਨੀ ਖੁਸ਼ੀ ਕੀਤੀ, ਤਕੜੇ ਸੀ। ਔਰ ਸਾਧੂ ਸੁਭਾਅ ਉਹਨਾਂ ਦੇ ਪਿਤਾ ਜੀ ਬਾਬਾ ਭੋਲਾ ਜੀ ਵੀ ਨੇ, ਬਾਬਾ ਜੀ ਉਹਨਾਂ ਦੇ ਮੰਗਲਦਾਸ, ਬਾਬਾ ਭੋਲਾ ਜੀ ਬਾਬਾ ਜੀ ਸਨ ਅਤੇ ਨੌਧਾ ਸਿੰਘ ਜੀ ਪੜਦਾਦਾ ਸਨ। ਸੋ ਦਾਸ ਬਹੁਤਾ ਸਮਾਂ, ਕਿਉਂਕਿ ਸਮਾਂ ਮੈਨੂੰ ਹੁਕਮ ਵੀ ਹੋਇਆ ਵੀ ਥੋੜ੍ਹਾ ਟਾਈਮ ਘੱਟ ਲਾਇਆ, ਭਾਵੇਂ 25 ਮਿੰਟ, ਚਲੋ ਅੱਧਾ ਘੰਟਾ ਮਿਲਿਆ, ਮੈਂ ਆਈ ਵਿਲ ਟਰਾਈ
ਤੋਂ ਘੱਟ ਕਰਨ ਦੀ, ਪਰ ਕਈ ਵਾਰ ਜਲਦਬਾਜ਼ੀ ਦੇ ਵਿੱਚ ਕਈ ਗੱਲਾਂ ਰਹਿ ਜਾਂਦੀਆਂ। ਜਦੋਂ ਕੋਈ ਸੰਤ ਮਹਾਂਪੁਰਸ਼ ਨੇ ਜਨਮ ਲੈਣਾ ਹੁੰਦਾ, ਉਹਨਾਂ ਦੇ ਮਾਂ ਪਿਓ ਦੀ ਵੀ ਬਹੁਤ ਵੱਡੀ ਭਗਤੀ ਹੋਣੀ ਚਾਹੀਦੀ ਹੈ। ਜਿਸ ਕੁੱਖ ਦੇ ਵਿੱਚ ਜਨਮ ਲੈਣਾ, ਉਹ ਕੁੱਖ ਵੀ ਬਹੁਤ ਭਾਗਾਂ ਭਰੀ ਕਮਾਈ ਵਾਲੀ ਰੂਹ ਦੇ ਵਿੱਚ ਇੱਦਾਂ ਦੀਆਂ ਸ਼ਖਸੀਅਤਾਂ ਜਿਹੜੀਆਂ ਨਾ ਉਹ ਜਨਮ ਲੈਣੀਆਂ। ਮਾਤਾ ਜੀ ਸਾਹਿਬ ਦੇ ਬਹੁਤ ਅਤੇ ਪਿਤਾ ਜੀ ਮੰਗਲਦਾਸ ਆਪ ਇੱਕ ਸਾਧੂ ਸੰਤਾਂ ਦੇ ਵਿੱਚ ਵਿਚਰ ਰਹੇ ਸੀ। ਉਹਨਾਂ ਨੂੰ ਇੱਕ ਬ੍ਰਹਮ ਗਿਆਨੀ ਨੇ ਲੁਧਿਆਣੇ ਦੇ ਵਿੱਚ ਆਕਾਸ਼ਬਾਣੀ ਕਰਕੇ ਕਹੀ ਕਿ ਮੰਗਲਦਾਸ, ਤੇਰੇ ਘਰ ਇੱਕ ਐਸਾ ਬਲੀ ਪੈਦਾ ਹੋਊ, ਐਸਾ ਮਹਾਂਪੁਰਖ ਪੈਦਾ ਹੋਊ ਜਿਹੜਾ ਤੁਹਾਡਾ ਵੀ ਅਤੇ ਜਿਹੜਾ ਗੁਰੂ ਨਾਨਕ ਦੇਵ ਜੀ ਦਾ ਮਿਸ਼ਨ ਹੈ ਇਹਨੂੰ ਉਹ ਬਹੁਤ ਅੱਗੇ ਵਧਾਊਗਾ, ਅਤੇ ਜਿਹੜਾ ਯੁਗਾਂ ਜੁਗੰਤਰਾਂ ਤੱਕ ਉਹ ਨੌ ਪ੍ਰਫੁੱਲਿਤ ਹੋਊਗਾ। ਅਤੇ ਦਾਸ ਦੀ ਉਮਰ ਬਹੁਤਾ ਤਾਂ ਨਹੀਂ, ਮਤਲਬ ਮੈਂ 69 ਈਅਰ ਓਲਡ ਅਸੀਂ ਦੇਖਿਆ, ਇਹ 83 ਸਾਲ ਹੋ ਗਿਆ ਉਹਨਾਂ ਨੂੰ ਗਿਆ ਨੂੰ। ਹਰ ਸਾਲ ਦਿਨ ਦੁੱਗਣੀ ਰਾਤ ਚੌਗਣੀ ਜਿੰਨੇ ਵੀ ਸਥਾਨ ਹਨ, ਇਹ ਇੱਕ ਨਹੀਂ ਵੀ ਮਜ਼ਾਰਾ ਰਾਜਾ ਸਾਹਿਬ ਇਹ ਉਹਨਾਂ ਨੇ ਸਰੀਰ ਛੱਡਿਆ, ਉੱਥੇ ਹੀ ਤਰੱਕੀ ਹੈ। ਪਿੰਡ ਝਿੰਗੜਾਂ ਉੱਥੇ ਮਹਾਰਾਜ ਨੇ ਭਗਵਾਨ ਬਲਾਸ ਜਿਹੜਾ ਆਪਣੀ ਸਿਰਫ ਅਤੇ ਸਿਰਫ ਸਾਡੇ ਕੋਲ ਉਹਨਾਂ ਦੀ ਕਮਾਈ ਜਿਹੜੀ ਆ ਜਾਂ ਉਹਨਾਂ ਦੀ ਨਿਸ਼ਾਨੀ ਹੈ ਉਹ ਇਹ ਸਾਡੇ ਕੋਲ ਉਹਨਾਂ ਦੀ ਕਮਾਈ ਆ, ਇਹ ਉਹਨੀ ਹੱਥ ਲਿਖਤ ਵਾ ਉਹਨੀ। ਇਹ ਭਗਵਾਨ ਬਲਾਸ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰੌਸ਼ਨੀ ਦੇ ਵਿੱਚ ਇਹ ਲਿਖਿਆ ਸੀ। ਆਪ ਉਹਨਾਂ ਨੇ ਬਹੁਤ ਵੱਡੀ ਸਟੱਡੀ ਕੀਤੀ ਕਿਉਂਕਿ ਉਹ ਪਹਿਲਾਂ ਇੱਕ ਜਥੇ ਦੇ ਵਿੱਚ ਸਨ, ਉਸ ਸਾਧਾਂ ਦੇ ਜਥੇ ਦੇ ਵਿੱਚੋਂ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਉਹਨਾਂ ਨੇ ਅਧਿਐਨ ਔਰ ਸਿੱਖਿਆ ਪ੍ਰਾਪਤ ਕੀਤੀ। ਇਸ ਨੂੰ ਜਦੋਂ ਪੜ੍ਹਦੇ ਸੀ ਬਾਣੀ ਨੂੰ, ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਜਦੋਂ ਸੇਵਾ ਲੱਗਦੀ ਸੀ ਉਹਨਾਂ ਦੀ, ਤਾਂ ਉਹਨਾਂ ਦੇ ਮੁਖਾਰ ਬਿੰਦ ਤੋਂ ਜਦੋਂ ਇਹ ਬਾਣੀ ਪੜ੍ਹੀ ਜਾਂਦੀ ਸੀ ਤਾਂ ਲੋਕਾਂ 'ਤੇ ਬੜਾ ਪ੍ਰਭਾਵ ਕਰਦੀ ਸੀ। ਹੌਲੀ 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 ਉਹਨਾਂ ਦਾ ਜਿਹੜਾ ਆ ਆਤਮ ਗਿਆਨ ਉੱਚਾ ਹੁੰਦਾ ਗਿਆ, ਅਤੇ ਕੁਦਰਤੀ ਹਰੇਕ ਜਿਹੜਾ ਬੰਦਾ ਆ, ਜਪਜੀ ਸਾਹਿਬ ਦੇ ਬਹੁਤ ਟੀਕੇ ਹਨ ਪਰ ਜਿੰਨੇ ਵੀ ਟੀਕੇ, ਚਾਹੇ 34 ਟੀਕੇ ਆ, 35 ਟੀਕੇ ਆ, ਉਹ ਸਾਰਿਆਂ ਦਾ ਜਿਹੜਾ ਆ ਉਹਨਾਂ ਨੇ ਆਪਣੇ ਆਤਮਕ ਬਲ ਦੇ ਨਾਲ ਆਪਣੀ ਸੂਝ ਦੇ ਮੁਤਾਬਕ ਭਾਵੇਂ ਹੀ ਡਿਫਰ ਕਰਦੇ ਆ ਪਰ ਉਹਦਾ ਮੀਨਿੰਗ ਹੈਗਾ। ਇਸ ਤਰ੍ਹਾਂ ਹੀ ਰਾਜਾ ਸਾਹਿਬ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਰੌਸ਼ਨੀ ਦੇ ਵਿੱਚ ਔਰ ਜਿੰਨੀ ਉਹਨਾਂ ਨੂੰ ਉਹ ਤੋਂ ਸੋਝ ਮਿਲੀ ਉਸ ਪਰਮਾਤਮਾ ਵੱਲੋਂ, ਇਹ ਇੱਕ ਕਹਿਣਾ ਵੀ ਮਹਾਰਾਜ ਵੱਲੋਂ ਤਾਕਤ ਮਿਲੀ, ਉਹਨਾਂ ਨੇ ਭਗਵਾਨ ਬਲਾਸ ਲਿਖਿਆ, ਜਿਹਨੂੰ ਪੜ੍ਹ ਕੇ ਤੁਸੀਂ ਇਹ ਸਮਝ ਸਕਦੇ ਹਾਂ ਵੀ ਇਹ ਆਮ ਬੰਦਾ ਨਹੀਂ ਲਿਖ ਸਕਦਾ। ਕਿਸੇ ਜਿਹਦੇ ਬੰਦੇ ਦਾ ਕੋਈ ਆਤਮ ਗਿਆਨ ਹੋਊਗਾ, ਉਹਦੀ ਨੌਲੇਜ ਹੋਊਗੀ, ਉਹ ਲਿਖ ਸਕਦਾ। ਅਸੀਂ ਇਹ ਜਿਹੜਾ ਭਗਵਾਨ ਬਲਾਸ ਉਹਨਾਂ ਦੀ ਕਾਵਿ ਰਚਨਾ, ਡਾਕਟਰ ਇੰਦਰਜੀਤ ਸਿੰਘ ਬਾਸੂ ਜਿਹੜੇ ਪ੍ਰਿੰਸੀਪਲ ਰਿਟਾਇਰ ਹੋਏ ਨੇ ਰੂਟ 5 ਤੋਂ, ਇੱਥੇ ਸਰਵੇ ਦਾਸ ਗੁਰੂ ਘਰ ਦੀ ਪ੍ਰਬੰਧਕ ਕਮੇਟੀ 'ਚ ਸੀਗੇ, ਉਹਨਾਂ ਨੂੰ ਇਹ ਅਸੀਂ ਦਿੱਤਾ, ਉਹਨੇ ਪੜ੍ਹਿਆ ਜਦੋਂ ਉਹਨਾਂ ਨੇ ਅਨੁਭਵ ਕੀਤਾ ਕਿ ਇਹ ਮੈਂ, ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ 'ਤੇ ਥੀਸਿਸ ਲਿਖਿਆ ਵੀ ਗੁਰਮੁਖ ਦਾ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਤਾਬਕ ਜ਼ਿੰਦਗੀ ਦੇ ਵਿੱਚ ਆਉਣ ਦਾ ਸੰਕਲਪ ਕੀ ਹੈ, ਗੁਰਮੁਖ ਦਾ ਸੰਕਲਪ। ਉਹਨਾਂ ਨੇ ਇਹਨੂੰ ਪੜ੍ਹ ਕੇ ਆਪਣੇ ਹਿਸਾਬ ਦੇ ਨਾਲ ਫਿਰ ਉਹਨਾਂ ਨੇ ਇੱਕ ਲਿਖਿਆ, ਇਹਦੀ ਇੰਟਰ ਜਿੱਦਾਂ ਕਹਿ ਲਓ ਵੀ ਕੰਪੈਰੇਟਿਵ ਸਟੱਡੀ ਕੀਤੀ। ਉਹ ਜਿਹੜੀ ਕੰਪੈਰੇਟਿਵ ਸਟੱਡੀ ਅਸੀਂ ਫਿਰ ਉਹ ਪ੍ਰਿੰਟ ਕਰਾਈ, ਉਹਨਾਂ ਨੇ ਲਿਖਿਆ ਭਗਵਾਨ ਬਲਾਸ ਦਾ ਬਹੁਪੱਖੀ ਅਧਿਐਨ।
ਇਹ ਕਾਫੀ ਵੱਡੀ ਆ ਤਕਰੀਬਨ। ਅਤੇ ਉਹਨਾਂ ਨੇ ਡਾਕਟਰ ਪ੍ਰਿੰਸੀਪਲ ਸਾਹਿਬ ਨੇ ਆਪ ਉਹਨਾਂ ਨੇ ਹੋਰ ਵੀ 13-14 ਬੁੱਕਸ ਜਿਹੜੀਆਂ ਗੁਰੂ ਗ੍ਰੰਥ ਸਾਹਿਬ ਅਤੇ ਔਰ ਹੋਰ ਜਿਹੜੀਆਂ ਧਾਰਮਿਕ 'ਤੇ ਲਿਖੀਆਂ ਉਹਨੇ ਇਹ ਵੀ ਲਿਖੀ, ਬਹੁਤ ਪੜ੍ਹਨ ਵਾਲੀ ਆ। ਅਤੇ ਅਸੀਂ ਜੇ ਕਿਸੇ ਨੂੰ ਚਾਹੀਦੀ ਹੋਵੇ, ਕੋਈ ਚਾਹੁੰਦਾ ਹੋਵੇ ਔਰ ਪੜ੍ਹਨੀ ਚਾਹੁੰਦਾ ਹੋਵੇ ਉਹ ਲੈ ਸਕਦਾ, ਜਿਹਨੇ ਲਿਜਾ ਕੇ ਲਾਇਬ੍ਰੇਰੀ 'ਚ ਸਾਡੇ ਵਾਂਗੂ ਰੱਖਣੀ ਆ, ਟਾਈਮ ਹੀ ਨਹੀਂ ਹੈਗਾ ਉਹ ਲਈ, ਨਹੀਂ ਅਸੀਂ ਇਹ ਦੇ ਸਕਦੇ ਹਾਂ, ਸਾਡੇ ਕੋਲ ਹੈਗੀਆਂ, ਅਸੀਂ ਲਿਆਂਦੀਆਂ ਵੀ ਆ ਔਰ ਇਹ ਫ੍ਰੀ ਸੇਵਾ ਕਰਦੇ ਹਾਂ। ਸੋ ਕਹਿਣ ਦਾ ਭਾਵ ਵੀ ਰਾਜਾ ਸਾਹਿਬ ਦਾ ਮੈਂ ਮੇਰੇ ਬੰਦੇ ਮੇਰੇ ਪਿੰਡ ਤੋਂ ਛੋਟੇ ਵੀਰ ਉਹ ਕਹਿੰਦੇ ਵੀ ਰਾਜਾ ਸਾਹਿਬ ਦਾ ਤੁਸੀਂ ਜਿਹੜਾ ਗੱਲ ਆਮ ਭਗਤੀ ਸਿੰਘ ਜਾਂ ਹੋਰ ਕਰਦੇ ਆ ਇਹਦੇ ਬਾਰੇ ਸੰਗਤ ਨੂੰ ਨਹੀਂ ਪਤਾ, ਦੁਆਬੇ ਦੀ ਧਰਤੀ ਦੇ ਵਿੱਚ ਤਾਂ ਸਭ ਨੂੰ ਪਤਾ ਵੀ ਰਾਜਾ ਸਾਹਿਬ ਕੌਣ ਸੀ। ਜਿਸ ਤਰ੍ਹਾਂ ਬਾਣੀ ਦੇ ਵਿੱਚ ਕਬੀਰ ਕਹੂ ਹਰ ਸਮਾਨ ਨਹੀਂ ਰਾਜਾ, ਜਾਂ ਦਸਮ ਪਾਤਸ਼ਾਹ ਦਾ ਹੈ ਤੁਮ ਹੋ ਸਭ ਰਾਜਨ ਕੇ ਰਾਜਾ ਆਪੇ ਆਪ ਗਰੀਬ ਨਿਵਾਜ਼ਾ। ਕਿਉਂਕਿ ਸਭ ਤੋਂ ਵੱਡਾ ਮਹਾਰਾਜਿਆਂ ਦਾ ਮਹਾਰਾਜਾ ਉਹ ਅਕਾਲ ਪੁਰਖ ਨੂੰ, ਜਿੱਦਾਂ ਭਗਤਾਂ ਨੇ ਗੁਰੂਆਂ ਨੇ ਇਹਨਾਂ ਨੂੰ ਕਿਹਾ, ਇਸ ਤਰ੍ਹਾਂ ਬਾਬਾ ਭਗਵਾਨ ਦਾਸ, ਅਸਲੀ ਨਾਂ ਉਹਨਾਂ ਦਾ ਭਗਵਾਨ ਦਾਸ ਸੀਗਾ, ਮਾਪਿਆਂ ਨੇ ਰੱਖਿਆ, ਕਿਉਂਕਿ ਉਹ ਜਿਹੜਾ ਪੰਡਿਤ ਸੀਗਾ ਤਾਰਪੁਰ ਦਾ ਉਹ ਕਹਿੰਦਾ ਵੀ ਮੈਂ ਇਹਦੇ ਨਛੱਤਰ ਪੜ੍ਹ ਕੇ ਦੇਖੇ ਆ, ਜੋ ਕੁਛ ਵੀ ਸਾਰਾ ਹਿਸਾਬ ਕਿਤਾਬ ਲਾਇਆ ਇਹ ਤਾਂ ਕੋਈ ਭਗਵਾਨ ਦਾ ਰੂਪ ਆ, ਇਹਦਾ ਨਾਂ ਜਿਹੜਾ ਆ ਉਹ ਭਗਵਾਨ ਦੇ ਨਾਲ ਰਲਦਾ ਮਿਲਦਾ ਰੱਖੋ। ਤਾਂ ਘਰਦਿਆਂ ਨੇ ਕਿਹਾ ਵੀ ਅਸੀਂ ਵੀ ਭਗਵਾਨ ਦਾਸ ਰੱਖ ਲੈਂਦੇ, ਭਗਵਾਨ ਸਿੰਘ ਦਾਸ ਦਾ, ਕਿਉਂਕਿ ਦਾਸ ਬਣਨਾ ਸੀ ਭਗਵਾਨ ਦਾ। ਉਹ ਉਹਨਾਂ ਨੇ ਘਰਦਿਆਂ ਤਾਂ ਰੱਖਿਆ, ਇਹ ਰਾਜਾ ਸਾਹਿਬ ਜਿਹੜਾ ਆ ਇਹ ਤਾਂ ਜਦੋਂ ਵੀ ਉਹਨਾਂ ਦੇ ਕੋਲ ਕੋਈ ਸੰਗਤ ਆਉਂਦੀ ਸੀ ਜਾਂ ਕੋਈ ਫਰਿਆਦੀ ਆਉਂਦਾ ਸੀ, ਕਿਉਂਕਿ ਹਰ ਇੱਕ ਨੂੰ ਪਤਾ ਸੀ ਇਹ ਇਹਨਾਂ ਦੇ ਵਿੱਚ ਮਹਾਰਾਜ ਦੇ ਵਿੱਚ ਕਿਰਪਾ ਆ, ਉਸ ਵਾਹਿਗੁਰੂ ਦੀ ਉਹ ਸ਼ਬਦ ਨਾਲ ਹੋਈ ਆ। ਉਹਨਾਂ ਨੇ ਆਪਣੀ ਬਾਣੀ ਦੇ ਵਿੱਚ ਵੀ ਇਹ, ਮਹਾਰਾਜ ਨੇ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸ਼ਬਦ ਦੇ ਬਗੈਰ ਹੋਰ ਕੋਈ ਚੀਜ਼ ਨਹੀਂ ਦੁਨੀਆਂ ਦੇ ਵਿੱਚ। ਗੁਰੂ ਨਾਨਕ ਦੇਵ ਜੀ ਨੂੰ ਜਦੋਂ ਪੁੱਛਿਆ ਸਿੱਧਾ ਨੇ ਵੀ ਤੂੰ ਦੱਸ ਤੇਰਾ ਕੌਣ ਚੇਲਾ, ਤੂੰ ਕਿਹੜਾ ਤੇਰਾ ਗੁਰੂ ਕੌਣ, ਉਹਨੇ ਕਵਨ ਪਵਨ ਰੰਗ ਸਤਿਗੁਰ ਮਤ ਵੇਲਾ ਸ਼ਬਦ ਗੁਰੂ ਸੁਰ ਧਨ ਚੇਲਾ, ਉਹਨੇ ਸੁਰਤ ਨੂੰ ਚੇਲਾ ਬਣਾਇਆ ਸ਼ਬਦ ਦਾ। ਇਸ ਤਰ੍ਹਾਂ ਹੀ ਰਾਜਾ ਸਾਹਿਬ ਨੇ ਵੀ ਆਪਣੀ ਇਸ ਕਾਵਰ ਸ਼ਬਦ ਸਰੋਤ ਕਰੋ ਨਿਸਵਾਸਰ ਸ਼ਬਦ ਸਮਾਨ ਨਾ ਹੋਰ ਚਾਰਾ, ਉਹ ਕਹਿੰਦੇ ਸ਼ਬਦ ਦੀ ਉਹਨੂੰ ਫੜੋ, ਜਿੰਨਾ ਚਿਰ ਤੁਸੀਂ ਸ਼ਬਦ ਨਹੀਂ ਕਰੋਗੇ ਜਾਂ ਉਹਦੀ ਤੁਸੀਂ ਆਪਣੇ ਅੰਦਰ ਨਹੀਂ ਬਿਠਾਓਗੇ ਉਨਾ ਚਿਰ ਤੁਹਾਨੂੰ ਜਿਹੜੇ ਪੰਜ ਵਿਕਾਰ ਆ ਇਹਨਾਂ ਨੇ ਨਹੀਂ ਛੱਡਣਾ, ਉਹ ਦੇਰੀ ਨਾ ਕਰੋ, ਤੁਸੀਂ ਕੋਸ਼ਿਸ਼ ਕਰੋ ਜਿੰਨੀ ਜਲਦੀ ਹੋ ਸਕੇ ਉਨੀ ਜਲਦੀ ਤੁਸੀਂ ਰਾਜਾ ਸਾਹਿਬ। ਮਤਲਬ ਕਹਿਣ ਦਾ ਭਾਵ ਇਹ ਕਿ ਰਾਜਾ ਸਾਹਿਬ ਉਹ ਹਮੇਸ਼ਾ ਹੀ ਇਹ ਕਹਿੰਦੇ ਸੀ ਵੀ ਉਹ ਰਾਜਿਆਂ ਦਾ ਰਾਜਾ ਅਕਾਲ ਪੁਰਖ ਤੁਹਾਡੇ 'ਤੇ ਕਿਰਪਾ ਕਰੋ, ਉਹ ਰਾਜਿਆਂ ਬਲੀ ਕਰ ਭਰੀ। ਉਹ ਇੱਕ ਦੇਖੋ ਜਿਹੜਾ ਕਈ ਵਾਰ ਕਿਸੇ ਫਕੀਰ ਦੀ ਆਪਣੀ ਆ, ਹੁਣ ਤੁਸੀਂ ਕੋਈ ਬੰਦਾ ਵਾਹਿਗੁਰੂ ਵਾਹਿਗੁਰੂ ਕਹੇ ਉਹਦਾ ਨੌਵੇਂ ਬੰਦੇ ਅਸੀਂ ਆਪਾਂ ਵਾਹਿਗੁਰੂ ਪਾ ਦਿੰਦੇ ਹਾਂ, ਵੀ ਜੀ ਵਾਹਿਗੁਰੂ ਆ। ਕੋਈ ਬੰਦਾ ਸਤਨਾਮ ਸਾਧ ਉਹ ਕਹੇ ਸਤਨਾਮ ਪਾ ਦਿੰਦੇ। ਇਸ ਤਰ੍ਹਾਂ ਹੀ ਰਾਜਾ ਸਾਹਿਬ ਦਾ ਤਖੱਲਸ ਜਿਹੜਾ ਬਣਿਆ ਉਹ ਹਰ ਇੱਕ ਗੱਲ ਦੇ ਨਾਲ ਪਰਮਾਤਮਾ ਨੂੰ, ਅੱਲਾਹ ਨੂੰ, ਰਾਮ ਨੂੰ, ਜਾਂ ਰਾਮਦੇਵ ਨਾਮਦੇਵ ਜੀ ਨੇ ਬੀਠਲ ਗਿਆ। ਬਹੁਤ ਭਗਤਿਆਂ ਨੇ ਆਪਣੇ ਆਪਣੇ ਅਲਫਾਜ਼ ਦੇ ਵਿੱਚ ਸ਼ਬਦ ਯੂਜ਼ ਕੀਤੇ। ਉਹ ਰਾਜਾ ਸਾਹਿਬ ਦਾ ਇਸ ਕਰਕੇ ਤਖੱਲਸ ਰਾਜਾ ਸਾਹਿਬ ਬਣਿਆ। ਨਾਭ ਕਮਲ ਜਿਹੜਾ ਬਣਿਆ ਵੀ ਜਦੋਂ ਕਿਸੇ ਮਹਾਂਪੁਰਖ ਨੇ ਕਿਹਾ ਵੀ ਹੁਣ ਇਹਦਾ ਜਿਹੜਾ ਕਮਲ ਹੋਆ ਨਾ ਫੁੱਲ ਆ ਨਾਭੀ ਦੇ ਵਿੱਚ ਹੋਆ, ਉਹ ਹੁਣ ਕਮਲ ਇਹਦਾ ਫੁੱਲ ਗਿਆ ਆ, ਤੁਸੀਂ ਜਾ ਕੇ ਸੰਗਤਾਂ ਦੀ ਸੇਵਾ ਕਰੋ। ਜੋ ਦਾਸ ਨੇ ਪੜ੍ਹਿਆ ਦਾਸ ਦੇ ਘਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੋਆ, ਸਾਨੂੰ ਇਹ ਉਹਨਾਂ ਵੱਲੋਂ ਮਹਾਂਪੁਰਖਾਂ ਵੱਲੋਂ ਬੰਦਗੀ ਦੇ ਨਾਲ ਜੁੜਨ ਦੀ
ਔਰ ਜਿੰਨੀ ਕੁ ਤੁਸ਼ ਬੁੱਧੀ ਦੇ ਮੁਤਾਬਕ ਦੀ ਸੇਵਾ ਕਿਸੇ ਦੀ ਕਰ ਸਕਦੇ ਹਾਂ ਉਹ ਕਰੋ। ਜੋ ਕੁਛ ਵੀ ਸ਼ਬਦ ਤੋਂ ਬਗੈਰ, ਸ਼ਬਦ ਤੋਂ ਬਾਹਰ ਕੋਈ ਚੀਜ਼ ਦੁਨੀਆ ਦੀ ਉਹ ਨਹੀਂ ਹੋਣੀ, ਪਰ ਸ਼ਬਦ ਨਾਲੇ ਤੁਸੀਂ ਜੁੜਨਾ। ਸ਼ਬਦ ਜੇ ਜੁੜੋਗੇ ਆਪਾਂ ਆਪਣਾ ਕਲਿਆਣ ਕਰ ਸਕਾਂਗੇ, ਕਿਉਂਕਿ ਬਾਣੀ ਵਾਰ ਵਾਰ ਕਹਿੰਦੀ ਆ ਤੁਸੀਂ ਬਾਣੀ ਪੜ੍ਹੋ। ਮਹਾਰਾਜ ਨੇ ਵੀ ਸਾਰਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਅਜੇ ਮੈਂ ਇੱਕ ਦੋ ਸ਼ਬਦ ਜਿਹੜੇ ਆ ਗੁਰਬਾਣੀ ਦੇ ਵਿੱਚੋਂ ਮੈਂ ਕਹਾਂ। ਸਾਧ ਸੰਗਤ ਕਹਿ ਆਸਰੇ ਪ੍ਰਭ ਸਿਉ ਰੰਗ ਲਾਏ, ਔਗਣ ਘੱਟ ਮੁੱਖ ਉਜਲਾ ਹਰ ਨਾਮ ਤਰਾਏ। ਕਿਉਂਕਿ ਮੇਰੀ ਥੋੜ੍ਹੀ ਮੈਮਰੀ ਅੱਗੇ ਨੂੰ ਘਟੀ, ਇੰਨਾ ਚੇਤਾ ਰਹਿੰਦਾ ਨਹੀਂ, ਭਾਵੇਂ ਜਿੰਨੀ ਮਰਜ਼ੀ ਬਾਣੀ ਚੇਤੇ ਵੀ ਹੋਵੇ, ਪਾਠ ਵੀ ਕਰਦੇ ਹਾਂ। ਹੁਣ ਉੱਧਰ ਸ਼ਬਦ ਜਿਹੜਾ ਅੱਜ ਮਹਾਰਾਜ ਦੇ ਆਇਆ ਹੁਕਮਨਾਮਾ ਆਇਆ ਸੀ, ਉਹ ਮਹਾਰਾਜ ਨੇ ਦਸਵੇਂ ਪਾਤਸ਼ਾਹ ਨੇ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪ੍ਰਕਾਸ਼ ਕੀਤਾ, ਆਪ ਲਿਖਿਆ, ਉਦੋਂ ਹੁਕਮਨਾ ਆਇਆ ਸੀ। ਸਤਿਗੁਰ ਆਇਓ ਸਰਨ ਤੁਮਾਰੀ, ਮਿਲੇ ਸੁਖ ਨਾਮ ਹਰ ਸੋਭਾ, ਚਿੰਤਾ ਲਾਏ ਹਮਾਰੀ। ਮਹਾਰਾਜ ਨੇ ਇੱਥੇ ਜਿੰਨੀ ਵੀ ਗੁਰਬਾਣੀ ਸਾਨੂੰ ਕੀ ਕਹਿੰਦੀ ਹੈ, ਕਿਉਂਕਿ ਗੁਰਬਾਣੀ ਸਾਨੂੰ ਪ੍ਰਿੰਸੀਪਲ ਦੱਸਦੀ ਹੈ ਵੀ ਤੁਸੀਂ ਕਰਨਾ ਕੀ ਆ। ਸਾਧੂ ਸੰਤ ਮਹਾਂਪੁਰਸ਼ ਸਿਰਫ ਤੇ ਸਿਰਫ ਇਹਦੀ ਇੰਟਰਪ੍ਰੀਟੇਸ਼ਨ ਕਰਕੇ ਦੱਸਦੇ ਆ, ਸੌਖੇ ਤਰੀਕੇ ਨਾਲ ਦੱਸ ਦਿੰਦੇ ਆ ਵੀ ਤੁਸੀਂ ਨਾਮ ਜਪੋਗੇ ਤਾਂ ਆਪ ਜਪੈ ਅਵਰਾ ਨਾਮ ਜਪਾਵੈ ਨਾਨਕੋ ਵੈਸਨੂੰ ਪਰਮਗਤ ਪਾਵੇ। ਇਹ ਫਿਲਾਸਫੀ ਆ, ਆਇਓ ਸੁਣਨ ਪੜ੍ਹਨ ਕੋ ਬਾਣੀ, ਨਾਮ ਵਿਸਾਰ ਲੱਗੇ ਅਨਲਾਲਚ ਬਿਰਥਾ ਜਨਮ ਪ੍ਰਾਣੀ। ਅਸੀਂ ਇੱਥੇ ਬਾਣੀ ਪੜ੍ਹਨ ਨੂੰ ਸਾਨੂੰ ਭੇਜਿਆ। ਸਵਾ ਸਵਾ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੇ ਜਿੱਤ ਬਣੂਗੀ। ਜੇ ਮਹਾਰਾਜ ਬਾਣੀ ਅਸੀਂ ਪੜ੍ਹਾਂਗੇ, ਅਸੀਂ ਆਪਣਾ ਵੀ ਕਲਿਆਣ ਕਰ ਸਕਦੇ ਹਾਂ, ਅਸੀਂ ਦੂਸਰਿਆਂ ਦਾ ਵੀ ਕਲਿਆਣ ਕਰ ਸਕਦੇ ਹਾਂ। ਮਹਾਰਾਜ ਜੀ ਬਾਣੀ 'ਚ ਇੰਨੀ ਤਾਕਤ ਵਾ, ਆਪ ਤਰੇ ਹੋਰਨਾਂ ਨੂੰ ਵੀ ਅਸੀਂ ਤਾਰ ਸਕਦੇ ਹਾਂ। ਮਹਾਰਾਜ ਕਹਿੰਦੇ ਵੀ ਜਿਹੜਾ ਜੀਵ ਬੰਦਾ ਉਹ ਇੱਥੋਂ ਤੱਕ ਮਹਾਰਾਜ ਨੇ ਪ੍ਰਮਾਣ ਕੀਤਾ ਵੀ 21 ਕੁਲਾਂ ਜਿਹੜੀਆਂ ਨਾ ਉਹ ਨਰਕ ਕੁੰਡ ਦੇ ਵਿੱਚੋਂ ਬੰਦਾ ਬੰਦਗੀ ਵਾਲਾ ਕੱਢ ਸਕਦਾ, ਇਹ ਮਹਾਰਾਜ ਨੇ ਸਾਨੂੰ ਬਾਣੀ ਦੇ ਵਿੱਚ ਫਰਮਾਨ ਹੈ। ਸੋ ਜੇ ਆਪਾਂ ਬਾਣੀ ਨੂੰ ਵਿਚਾਰਾਂਗੇ ਨਹੀਂ, ਪੜ੍ਹਦੇ ਅਸੀਂ ਜ਼ਰੂਰ ਹਾਂ, ਸੁਣਦੇ ਜ਼ਰੂਰ ਹਾਂ, ਪਰ ਅਸੀਂ ਵਿਚਾਰ 'ਤੇ ਅੜ ਕੇ ਸਾਡੀ ਗੱਲ ਅਟਕ ਜਾਂਦੀ ਆ। ਜੇ ਮਹਾਰਾਜ ਕਹਿੰਦੇ ਕੀ ਆ ਵੀ ਜੇ ਅਸੀਂ ਉਹ ਕਰਨਾ ਸ਼ੁਰੂ ਕਰ ਦਈਏ, ਮੇਰਾ ਖਿਆਲ ਵਾ ਵੀ ਸੰਤ ਮਸਕੀਨ ਜੀ ਕਹਿੰਦੇ ਸੀ ਕਿਸੇ ਉਹਨਾਂ ਨੂੰ ਉਹ ਬੰਦਾ ਮਹਾਂਪੁਰਖ ਮਿਲਿਆ, ਉਹ ਕਹਿੰਦਾ ਵੀ ਇਹ ਦੋ ਮੰਤਰ ਐਡੇ ਵੱਡੇ ਆ ਜਿਹੜੇ ਸਾਨੂੰ ਗੁਰੂ ਨਾਨਕ ਦੇਵ ਜੀ ਨੇ ਦਿੱਤੇ ਆ, ਇਹਨਾਂ ਦੇ ਨਾਲ ਮੰਤਰ ਕੀ ਆ, ਮੰਤਰ ਹੈ ਬਚਨ, ਮੰਤਰ ਕੋਈ ਇਹ ਨਹੀਂ ਹੈਗਾ ਬਈ ਉਹ ਕਾਲਾ ਇਲਮ ਦਾ ਮੰਤਰ ਆ, ਮੰਤਰ ਦਾ ਮਤਲਬ ਅਸਲੀ ਆ ਵੀ ਉਹ ਬੋਲ। ਵੀ ਮਹਾਰਾਜ ਸੰਤ ਮਸਕੀਨ ਜੀ ਕਿਸੇ ਕਹਿੰਦੇ ਸੀ, ਕਿਸੇ ਕੋਈ ਮਿਲਿਆ ਸੀ ਉਹਨਾਂ ਨੂੰ, ਉਹ ਕਹਿੰਦਾ ਵੀ ਇਹ ਮੈਂ ਹੋਰ ਵੀ ਦੇਖਿਆ ਜਿਹੜੇ ਇਹ ਦੋ ਬੋਲ ਆ ਇਹ 5-7 ਦਿਨਾਂ 'ਚ ਵੀ ਤੁਹਾਡਾ ਕਲਿਆਣ ਕਰ ਸਕਦੇ ਆ। ਉਹ ਕਹਿੰਦਾ ਵੀ ਪਹਿਲਾਂ ਕਿਹੜਾ, ਕਹਿੰਦਾ ਵਾਹਿਗੁਰੂ। ਜਦੋਂ ਤੁਸੀਂ ਵਾਹਿਗੁਰੂ ਕਹਿੰਦੇ ਆ, ਉਹ 5 ਦਿਨਾਂ 'ਚ ਕਹਿੰਦਾ ਵੀ ਮੇਰਾ ਇਹ ਜਿਹੜਾ ਮੰਤਰ ਸਿੱਧ ਹੋਇਆ ਔਰ ਮੈਂ ਇਹ ਦੇਖਿਆ ਇਹ ਮਹਾਰਾਜ ਦਾ ਕੰਮ ਜਿਹੜਾ ਮੈਂ ਜੋ ਕਹਿੰਦਾ ਆ ਉਹ ਹੁੰਦਾ। ਫਿਰ ਉਹ ਮਸਕੀਨ ਜੀ ਕਹਿੰਦੇ ਵੀ ਇੱਕ ਹੋਰ ਆ, ਕਹਿੰਦੇ ਦੂਜਾ। ਉਹ ਕਹਿੰਦਾ ਉਹ ਦੂਜਾ ਕਿਹੜਾ ਆ, ਮਸਕੀਨ ਦੀ ਗੱਲ ਕਰਦਾ ਇਹ, ਮੈਂ ਕੋਈ ਆਪਣੇ ਕੋਲ ਨਹੀਂ ਗੱਲ ਕਰਦਾ। ਸੋ ਆਪਾਂ ਉਹ 'ਚ ਕਿਉਂਕਿ ਜੇ ਕਹੋ ਵੀ ਤੁਸੀਂ ਇਹ ਤਾਂ ਉਹ ਦੂਜਾ ਕਹਿੰਦਾ ਵੀ ਅੱਲਾਹੂ। ਉਹ ਕਹਿੰਦਾ ਜਿਹੜਾ ਅੱਲਾਹੂ ਦੀਦੀ ਸੇਮ ਪ੍ਰਕਰਣ ਆ, ਸੇਮ ਇਹਦੀ ਜਿਹੜੀ ਆ ਰਿਧਮ ਆਉਂਦਾ, ਤੁਸੀਂ ਇਹਦਾ ਵੀ ਬਹੁਤ ਜਲਦੀ ਜਿਹੜਾ ਆ ਅਸਰ ਹੁੰਦਾ। ਸੋ ਮਤਲਬ ਇਹ ਆ ਵੀ ਕੋਈ ਵੀ ਚਾਹੇ ਰਾਮ ਰਾਮ ਕਹੋ, ਜੋ ਹੀ ਅੱਲਾ ਕਹੀ ਜਾਵੇ, ਕੋਈ ਵਾਹਿਗੁਰੂ ਕਹੀ ਜਾਵੇ, ਕੋਈ
ਕੋਈ ਕਹੋ ਕਹੋ ਜ਼ਰੂਰ, ਪਰ ਚੱਲਣ ਦਾ ਅਸੂਲਾਂ 'ਤੇ ਚੱਲਣਾ ਚਾਹੀਦਾ। ਜੇ ਅਸੂਲਾਂ 'ਤੇ ਨਹੀਂ, ਪੜ੍ਹ ਪੜ੍ਹ ਗੱਡੇ ਲੱਗੀਏ, ਪੜ੍ਹ ਪੜ੍ਹ ਕਰੀਏ, ਕੱਦ ਫਿਰ ਤਾਂ ਜਿੰਨਾ ਮਰਜ਼ੀ ਪੜ੍ਹੀ ਚਲੋ, ਮਹਾਰਾਜ ਕਹਿੰਦੇ ਬੋਲੋ ਕੋਈ ਫਾਇਦਾ ਨਹੀਂ ਹੋਣਾ। ਉਹ ਤਾਂ ਇੱਕ ਕੋਲੀਆਂ ਕਰਨ ਦੇ ਵਿਚਾਰ ਆ, ਪੜ੍ਹਿਆ ਮੈਲ ਨਾ ਉਤਰੇ, ਪੁੱਛੋ ਗਿਆਨੀਆਂ ਜਾਏ, ਜਿੰਨੀ ਮਰਜ਼ੀ ਪੜ੍ਹੀ ਚਲੋ। ਅਸੀਂ ਹੁਣ ਜੇ ਗੁਰੂ ਗ੍ਰੰਥ ਸਾਹਿਬ ਦਾ ਪੜ੍ਹਦੇ ਵੀ ਹਾਂ, ਮਨ ਸਾਡੀ ਥੋੜ੍ਹਾ ਵੀ ਮੈਲ ਲੱਗੀ ਹੈ, ਪਰ ਮੈਲ ਉਦੋਂ ਰਹਿਣੀ ਆ ਜਦੋਂ ਸਾਡੇ ਅੰਦਰ ਉਹ ਜਿਹੜਾ ਭਗਵਾਨ ਬੈਠਾ, ਉਹ ਮਹਾਰਾਜ ਬੈਠਾ, ਉਹਦੇ ਨਾਲ ਸਾਡੀ ਸਾਂਝ ਬਣਨੀ ਆ। ਇੱਕ ਸੰਸਕ੍ਰਿਤ ਦਾ ਸਲੋਕ ਹੈ, ਉਹ ਮਹਾਰਾਜ ਕਹਿੰਦੇ, ਮੇਰਾ ਟਾਈਮ ਵੀ ਸ਼ਾਇਦ ਉਸੇ ਹਿਸਾਬ ਨਾਲ, ਮੈਂ ਤਾਂ ਉਦੋਂ ਹਟ ਜੂੰਗਾ ਜੀ ਜਦੋਂ ਤੁਸੀਂ ਕਹੋਗੇ। ਉਹ ਕਹਿੰਦੇ, ਨੈ ਬਿਲੰਬ ਧਰਮਮ ਬਿਲੰਬ ਪਾਪਮ। ਵੀ ਉਹ ਕਹਿੰਦੇ ਵੀ ਤੁਸੀਂ ਪਾਪ ਕਰਨਾ ਥੋੜ੍ਹਾ ਜਿਹਾ ਉਹਨੂੰ ਸੋਚੋ ਵੀ ਮੈਂ ਇਹ ਮੇਰਾ ਪਾਪ, ਦੇਖੋ ਕਾਨਸ਼ੀਅਸ ਆਉਂਦੀ ਆ ਅੰਦਰੋਂ ਵੀ ਗਲਤ ਕੰਮ ਕਰਨਾ। ਹੁਣ ਕਿਸੇ ਨਾਲ ਹੇਰਾ ਫੇਰੀ ਕਰਨ ਲੱਗੇ ਹਾਂ, ਕਿਸੇ ਦੀ ਜੇਬ ਲੁੱਟਣ ਲੱਗੇ ਹਾਂ, ਜਾਂ ਉਹ ਤੁਹਾਨੂੰ ਪਤਾ ਕਹਿੰਦੇ ਵੀ ਤੁਸੀਂ ਉਹਦੇ ਲਈ ਜ਼ਰੂਰ ਸੋਚੋ। ਜਦ ਧਰਮ ਦਾ ਕੰਮ ਕਰਨਾ ਉਦੋਂ ਪਹਿਲਾਂ ਜਲਦੀ ਕਰ ਦਿਓ, ਉਹਦੇ ਵਾਲੀ ਸੋਚਣ ਦੀ ਲੋੜ ਨਹੀਂ, ਕਿਉਂਕਿ ਉਹ ਤਾਂ ਮਹਾਰਾਜ ਕਹਿੰਦੇ ਆਦਮੀ ਹੈ ਇੱਕਦਮ ਹੀ, ਵੀ ਸਾਹ ਆਵੇ ਕਿ ਨਾ ਆਵੇ, ਜੀਵਤ ਮਗਲਾ ਸਾਹਿਬ ਨੂੰ ਤਾਂ ਜਿੰਨੀ ਜਲਦੀ ਹੋ ਸਕੇ ਉਹ ਤੁਹਾਨੂੰ ਕਰਨਾ ਚਾਹੀਦਾ। ਉਹ ਮਹਾਰਾਜ ਕਹਿੰਦੇ ਵੀ ਕਰਨ ਦਾ ਫਾਇਦਾ ਕੀ ਆ, ਦ੍ਰਿੜ ਨਾਮਮ ਤਜੰਤ ਲੋਭਮ। ਇਹ ਦ੍ਰਿੜ ਦੇ ਨਾਲ, ਕਰਨ ਦੇ ਨਾਲ ਤੁਹਾਡਾ ਜਿਹੜਾ ਲੋਭ, ਤੁਹਾਡਾ ਜਿਹੜਾ ਅੰਦਰ ਇਹ ਲੋਭ ਦਾ ਕੁੱਤਾ ਬੈਠਾ ਨਾ, ਇਹ ਤੁਹਾਡਾ ਹਟ ਜਾਊਗਾ, ਉਹ ਵੱਢਣੋਂ ਹਟ ਜਾਊਗਾ। ਫਿਰ ਮਹਾਰਾਜ ਕਹਿੰਦੇ ਵੀ ਸਰਨ ਸੰਤੰ, ਜਿਹੜੇ ਨਾਮ ਜਪਣ ਵਾਲੇ ਬੰਦੇ ਆ, ਜਿਹਨੀ ਬੰਦਗੀ ਜਪੀ ਆ, ਉਹਨਾਂ ਦੇ ਵਿੱਚ ਤੁਸੀਂ ਜਾਓਗੇ, ਉਹਦੀ ਵਾਈਬ੍ਰੇਸ਼ਨ ਹੀ ਹੋਊਗੀ। ਕਈ ਵਾਰ ਕਈ ਬੰਦੇ ਤਾਂ ਕਹਿੰਦੇ ਵੀ ਧਰਤੀਆਂ ਦਾ ਵੀ ਆਪਣਾ ਆਪਣਾ ਜਿਹੜਾ ਆ ਉਹਨਾਂ ਦੀ ਵਾਈਬ੍ਰੇਸ਼ਨ ਆ, ਕੋਈ ਧਰਤੀ ਇੱਦਾਂ ਦੀ ਆ, ਉੱਥੇ ਬਹੁਤ ਕਲਯੁੱਗ ਦਾ ਪਹਿਰਾ ਆ, ਉੱਥੇ ਜਿੰਨਾ ਮਰਜ਼ੀ ਨਾਮ ਜਪੀ ਜਾਓ ਤੁਹਾਡਾ ਨਾਮ। ਕਈ ਧਰਤੀ ਹੁਣ ਜੇ ਹਰਿਮੰਦਰ ਸਾਹਿਬ ਦੀ ਧਰਤੀ ਆ, ਉੱਥੇ ਜਾਓ ਨਹੀਂ ਤੁਹਾਡਾ ਦਿਲ ਆਉਣੋਂ ਨਹੀਂ ਜਿੱਦ ਕਰਦਾ। ਹੁਣ ਜੇ ਕਿਤੇ ਹੋਰ ਧਰਤੀ 'ਤੇ ਜਿੱਥੇ ਮੰਨ ਲਓ ਕੋਈ ਗਲਤ ਕੰਮ ਚੱਲਦੇ ਆ, ਤੁਹਾਡਾ ਬੈਠਣ ਜਿੱਦ ਵੀ ਨਹੀਂ ਕਰਦਾ। ਮੇਰਾ ਆਪਣਾ ਐਕਸਪੀਰੀਅੰਸ ਆ, ਕਹਿੰਦੇ ਸਰਨ ਸੰਤੰ ਕਿਲਵਖ ਨਾਸਨ। ਇਹ ਕੀ ਹੋਣਾ, ਕਹਿੰਦੇ ਪ੍ਰਾਪਤੰ ਧਰਮ ਲੱਖਿਆ। ਇਹ ਧਰਮ ਪ੍ਰਾਪਤ ਕਰਨ ਦੇ ਲੱਛਣ ਆ, ਕਹਿੰਦੇ ਨਾ ਵੀ ਇਹ ਪ੍ਰਭ ਮਿਲਣੇ ਕੀ ਇਹ ਨਿਸ਼ਾਨੀ। ਮਹਾਰਾਜ ਕਹਿੰਦੇ ਵੀ ਕੀ ਆ, ਉਹ ਕਹਿੰਦੇ ਵੀ ਇਹ ਜਿਹੜੀਆਂ ਚੀਜ਼ਾਂ ਛੱਡੋ, ਤੁਸੀਂ ਆਪਣਾ ਆਸਾ ਮਨਸਾ ਸਗਲ ਤਿਆਗੇ, ਜਗਤੇ ਰਹੇ ਨਿਰਾਸਾ, ਤਾਂ ਜਾ ਕੇ ਗੱਲ ਬਣਨੀ ਆ ਤੁਹਾਡੀ। ਫਿਰ ਕਹਿੰਦੇ ਵੀ ਕਿ ਇਹ ਕੌਣ ਕਰੂਗਾ, ਜਿਹੜਾ ਬੰਦਾ ਨਾਮ ਦੇ ਨਾਲ ਐਨ ਡੱਟ ਕੇ ਲੱਗ ਜੂਗਾ, ਇਹ ਨਹੀਂ ਹੱਠ ਨਹੀਂ ਕਰਨਾ। ਮਹਾਰਾਜ ਨੇ ਹੱਠ ਨੂੰ ਤਾਂ ਭੰਡਿਆ ਆ, ਜਿਹੜੇ ਬਹੁਤ ਬੰਦੇ ਜੋਗੀ ਹੋਏ ਜਾਂ ਹੋਰ ਹੋਏ ਆ, ਉਹ ਖਾਣਾ ਪੀਣਾ ਛੱਡ ਦਿੰਦੇ ਆ, ਵੀ ਮੈਂ ਤਾਂ ਜਿੰਨਾ ਚਿਰ ਮੈਨੂੰ ਰੱਬ ਨਹੀਂ ਮਿਲਦਾ ਮੈਂ ਤਾਂ ਮਰ ਜਾਣਾ। ਮਹਾਰਾਜ ਕਹਿੰਦੇ ਹੱਠ ਨਹੀਂ ਕਰਨਾ ਚਾਹੀਦਾ, ਇਹ ਜੋ ਕੁਛ ਸਹਿਜ ਪੱਕੇ ਸੋ ਮਿੱਠਾ ਹੋਵੇ, ਤਾਂ ਜੇ ਆਪਾਂ ਹੱਠ ਕਰਾਂਗੇ। ਉਹ ਕਹਿੰਦੇ ਨਾਨਕ ਜੇ ਸੋ ਪ੍ਰਸੰਨ ਮਾਧਵੇ, ਵੀ ਜਿਹਦੇ 'ਤੇ ਉਹ ਵਾਹਿਗੁਰੂ ਪ੍ਰਸੰਨ ਹੋਣਾ ਆ, ਉਹਨੇ ਇਹ ਮਹਾਰਾਜ ਦੇ ਲੜ ਲੱਗਣਾ। ਪਰ ਅਸਲੀ ਜਿਹੜੀ ਗੱਲ ਆ, ਮੈਂ ਜਿੱਥੇ ਤੱਕ ਆਪ ਹੁਣੇ ਸਵੇਰੇ ਵਿਦਵਾਨਾਂ ਤੋਂ ਸੁਣਿਆ ਜਾਂ ਸੰਗਤ ਸੁਣੀ ਆ, ਉਹ ਆ ਜੇ ਚਾਰ ਪਦਾਰਥ ਜੇ ਕੋਈ ਮੰਗੇ ਸਾਧ ਜਿਨ੍ਹਾਂ ਕੀ ਸੇਵਾ ਲਾਗੇ। ਪਰ ਜੇ ਤੁਹਾਨੂੰ ਸਾਰੀਆਂ ਚੀਜ਼ਾਂ ਵੀ ਮਿਲ ਜਾਣੀਆਂ, ਕਿਆ ਸੰਤੁਸ਼ਟੀ ਹੋ ਜਾਊ? ਮੈਨੂੰ ਤਾਂ ਲੱਗਦਾ ਨਹੀਂ। ਲੱਖ ਕਰੋੜੀ ਬੰਧਨ ਪਰੇ ਹਰ ਕਾ ਨਾਮ ਜਪਤ ਨਿਸਤਰੇ। ਇਹ ਲੱਖਾਂ ਕਰੋੜਾਂ ਰੁਪਈਆ ਬੰਦਿਆਂ ਦੇ ਕੋਲ ਆ ਜਾਵੇ, ਅਸੀਂ ਦੇਖੇ ਆ ਨਾ ਬੰਦਿਆਂ ਦੀ ਤਪਸ ਜਿਹੜੀ ਉਹਦੀ ਖਿੱਚ ਨਹੀਂ ਜਾਂਦੀ। ਪਰ ਕਈ ਬੰਦੇ ਸੰਤੋਖੀ ਬੰਦੇ ਆ, ਉਹਨਾਂ ਦੇ ਕੋਲ ਨਾਮ ਆ, ਉਹ ਪੈਸੇ ਨੂੰ ਜਾਂ ਸ਼ੋਹਰਤ ਨੂੰ ਠੁੱਡਾ ਮਾਰ ਦਿੰਦੇ ਆ। ਰਾਜਾ ਸਾਹਿਬ ਦੇ ਮੂਹਰੇ ਸਾਡੇ ਮਾਤਾ ਜੀ ਦੱਸਦੇ ਆ
ਵੀ ਚਾਂਦੀ ਦੇ ਰੁਪਈਆਂ ਦਾ ਢੇਰ ਲੱਗ ਜਾਂਦਾ ਸੀ। ਉਹ ਖੁਸ਼ ਚੜ੍ਹਦੇ ਗਰੀਬਾਂ ਨੂੰ ਚੁਕਾਉਂਦੇ, ਕਦੇ ਕੋਈ ਲੋੜ ਨਹੀਂ ਬਣਿਆ। ਹਾਲਾਂਕਿ 125 ਏਕੜ ਦੇ ਮਾਲਕ ਸੀਗੇ, ਲੰਬੜਦਾਰੀ ਮਿਲਦੀ ਸੀ। ਉਹ ਕਹਿੰਦੇ ਮੈਂ ਲੰਬੜਦਾਰੀਆਂ ਕੀ ਕਰਨੀਆਂ, ਮੈਂ ਤਾਂ ਮਹਾਰਾਜ ਦਾ ਸੇਵਾਦਾਰ ਵਾਂ, ਮੈਨੂੰ ਜੋ ਡਿਊਟੀ ਆਈ ਆ ਮੈਂ ਆਪਣਾ ਤਨ ਮਨ ਧਨ ਜਿਹੜਾ ਆ ਉਹ ਸਾਰਾ ਉਸ ਪਾਸੇ ਉਹਨੇ ਲਾਇਆ। ਸੋ ਬਾਣੀ ਦੇ ਵਿੱਚ ਬਹੁਤ ਕੁਛ ਆਉਂਦਾ, ਜੇ ਪੜ੍ਹ ਕੇ ਉਹ ਅਤੇ ਵਿਚਾਰੀਏ, ਜੇ ਪੜ੍ਹਨਾ ਨਹੀਂ ਫਿਰ ਤਾਂ ਜੋ ਮਰਜ਼ੀ ਕਰੋ। ਦੂਜੇ ਪਾਤਸ਼ਾਹ ਦਾ ਇੱਕ ਸ਼ਬਦ ਹੈਗਾ, ਜਿਨੀ ਚੱਲਣ ਜਾਣਿਆ ਸੇ ਕਿਉਂ ਕਰੇ ਵਿਥਾਰ, ਚੱਲਣ ਸਾਰ ਨਾ ਜਾਣਨੀ ਤਾਰਜ ਸਵਾਰਨ ਆਰ। ਵੀ ਜਿਨ੍ਹਾਂ ਨੇ ਚੱਲਣ ਜਾਣ ਲਿਆ ਗੁਰਬਾਣੀ ਕਹਿੰਦੀ ਕੀ ਆ ਔਰ ਗੁਰਬਾਣੀ ਦੇ ਆਸ਼ੇ ਮੁਤਾਬਕ ਆਪਣੀ ਜ਼ਿੰਦਗੀ ਨੂੰ ਢਾਲ ਲਿਆ, ਉਹ ਫਿਰ ਬਾਹਲਾ ਖਿਲਾਰਾ ਨਹੀਂ ਪਾਉਂਦੇ। ਉਹ ਕਹਿੰਦੇ ਵੀ ਅਸੀਂ ਜਿੰਨਾ ਕੁ ਰੋਜ਼ੀ ਰੋਟੀ ਸਾਡੀ ਬਣ ਗਈ ਆ, ਹੁਣ ਜਿਹੜਾ ਸਾਨੂੰ ਸਮਾਂ ਮਿਲਿਆ, ਇਹ ਜਿਹੜਾ ਜਨਮ ਆ, ਇਹ ਜਨਮ ਸਿਰਫ ਅਤੇ ਸਿਰਫ ਮੈਂ ਇਹ ਕਹੂੰਗਾ, ਪਹਿਲੇ ਪਾਤਸ਼ਾਹ ਨੇ ਬਹੁਤ ਸੌਖਾ ਸਿੰਪਲ ਬਣਾਇਆ, ਹੁਣ ਸਾਡੇ ਕੰਪਲੀਕੇਟਡ ਕਰੀ ਜਾਂਦੇ ਆ, ਜਿੱਦਾਂ ਹਿੰਦੂਆਂ ਦਾ ਜਾਂ ਹੋਰਨਾਂ ਦਾ, ਵੀ ਆਹ ਕਰਨਾ ਚਾਹੀਦਾ, ਉਹ ਇੰਨੇ ਪਾਠ ਕਰਨੇ ਚਾਹੀਦੇ, ਆਹ 31 ਕਰੋ ਜੀ, ਇਹਦੇ 101 ਕਰੋ, ਇਹ ਕੋਈ ਗੱਲ ਨਹੀਂ ਹੈਗੀ ਜੀ ਤਾਂ ਬਣਾਈਆਂ। ਮਹਾਰਾਜ ਕਹਿੰਦੇ ਕਿਰਤ ਕਰੋ, ਨਾਮ ਜਪੋ ਤਾਂ ਵੰਡ ਛਕੋ, ਤੀਜੀ ਗੱਲ ਤਾਂ ਹੈ ਹੀ, ਚੌਥੀ ਹੈ ਹੀ ਨਹੀਂ। ਜੇ ਕਿਰਤ ਕਰਦੇ ਕਰਦੇ ਤੁਸੀਂ ਨਾਮ ਜਪੀ ਜਾਂਦੇ ਆ, ਤੁਸੀਂ ਵੰਡ ਛਕੀ ਜਾਂਦੇ ਆ। ਹੁਣ ਜਿੱਦਾਂ ਰਾਜਾ ਸਾਹਿਬ ਦੇ ਨਾਂ 'ਤੇ ਬਹੁਤ ਇਲਾਕਿਆਂ ਦੇ ਵਿੱਚ, ਸਾਡੇ ਪਿੰਡ ਦਾਸ ਦੇ ਪਿੰਡ ਵੀ ਬਹੁਤ ਵੱਡਾ ਲੰਗਰ ਹਾਲ ਬਣਿਓ ਆ, ਔਰ ਉੱਥੇ ਹੋਸਪਿਟਲ ਵੀ ਆ, ਰਹਿਪੇ ਜਿੱਥੇ ਉਹਨਾਂ ਨੇ ਕਹਿ ਕੇ ਗਏ ਆ, ਰਹਿਪਾ ਪਿੰਡ ਵੀ ਬੜੇ ਮਸਾਣੀ ਦੇ ਲਾਗੇ ਆ, ਉੱਥੇ ਇਸ ਵੇਲੇ ਸਭ ਤੋਂ ਵਧੀਆ ਜੇ ਹਸਪਤਾਲ ਚੱਲਦਾ ਰਾਜਾ ਸਾਹਿਬ ਦੇ ਨਾਂ 'ਤੇ, ਉਹ ਰਹਿਪੇ ਚੱਲਦਾ, ਇੰਨਾ ਵਧੀਆ ਆ, ਗਰੀਬਾਂ ਨੂੰ ਤਾਂ ਫਰੀ ਇਲਾਜ ਮਿਲਦਾ, ਜਿਹੜਾ ਮਰਜ਼ੀ ਚੱਲ ਜਾਵੇ ਲੱਗ, ਇਹ ਨਹੀਂ ਹੈਗਾ। ਫਿਰ ਝਿੰਗੜਾ ਸਾਹਿਬ ਆ, ਉੱਥੇ ਵੀ ਹਸਪਤਾਲ ਚੱਲਦਾ, ਉੱਥੇ ਗਰੀਬਾਂ ਨੂੰ ਇਲਾਜ ਮਿਲਦਾ। ਰਾਜਾ ਸਾਹਿਬ ਦੇ ਨਾਂ 'ਤੇ ਸਾਡੇ ਕੁਛ NRI ਵੀਰਾਂ ਨੇ ਇੱਕ ਬਿਰਧ ਆਸ਼ਰਮ ਅਤੇ ਯਤੀਮਖਾਨਾ ਬਣਾਇਆ। ਜਦੋਂ ਤੁਸੀਂ ਬੰਗਿਆਂ ਤੋਂ ਇੱਧਰ ਨੂੰ ਮੁਕੰਦਪੁਰ ਨੂੰ ਜਾਂਦੇ ਹਾਂ, ਸੱਜੇ ਹੱਥ ਆਉਂਦਾ, ਉਹਦੇ ਵਿੱਚ ਇਸ ਵੇਲੇ 30-35 ਜਿਹੜੇ ਜਿਨ੍ਹਾਂ ਨੂੰ ਘਰਾਂ 'ਚ ਕੋਈ ਨਹੀਂ ਸਾਂਭਦਾ, ਬਜ਼ੁਰਗ ਹੋ ਗਏ, ਉਹਨਾਂ ਦਾ ਕੋਈ ਲਾਵਾਰਸ ਨਹੀਂ, ਉਹ ਉੱਥੇ ਰਹਿ ਰਹੇ ਆ, ਬੱਚੇ ਵੀ ਆ ਜਿਨ੍ਹਾਂ ਦੇ ਮਾਂ ਪਿਓ ਮਰ ਗਏ, ਉਹਨਾਂ ਨੂੰ ਬੜੇ ਤਰੀਕੇ ਨਾਲ ਪੜ੍ਹਾਇਆ ਜਾਂਦਾ। ਪਰ ਅਫਸੋਸ ਨਾਲ ਇਹ ਕਹਿਣਾ ਪੈਂਦਾ, ਗੁਰੂ ਘਰਾਂ ਦੇ ਵਿੱਚ ਤਾਂ ਬੰਦੇ ਬਹੁਤ ਪੈਸੇ ਦੇ ਦਿੰਦੇ ਆ, ਜੇ ਸੋਨਾ ਲਾਉਣਾ ਤਾਂ ਪੈਸੇ ਦਿੰਦੇ ਆ, ਹੋਰ ਟੈਲਾਂ ਲਾਉਣੀਆਂ ਵਧੀਆ ਤੋਂ ਵਧੀਆ ਢਾਈ ਜਾਂਦੇ ਬਣਾਈ ਜਾਂਦੇ ਆ, ਪਰ ਇੱਦਾਂ ਦੇ ਕੰਮ ਨੂੰ, ਚੈਰਿਟੀ ਦੇ ਕੰਮ ਨੂੰ ਜਾਂ ਫਰੀ ਸੇਵਾ ਇਲਾਜ ਆ, ਫਰੀ ਪੜ੍ਹਾਉਣਾ, ਬਹੁਤ ਘੱਟ ਬੰਦੇ ਪੈਸੇ ਦਿੰਦੇ ਆ। ਹੁਣ ਦਾਸ ਉੱਥੇ ਨਾਲ ਕਾਫੀ ਲਿੰਕਡ ਆ, ਭਾਈ ਸਾਹਿਬ ਹੁਣੀਆਂ, ਹੋਰ ਸਾਡੀ ਸੰਗਤ ਸਾਰੀ, ਟਾਈਮ ਹੋ ਗਿਆ ਸੀ, ਬਿਲਕੁਲ ਜੀ ਮੈਂ ਦੱਸਦਾ ਵੀ ਹੁਣ ਅਸੀਂ ਉੱਥੇ 5 ਹਸਪਤਾਲ ਚੱਲਦਾ ਬਿਰਧ ਆਸ਼ਰਮ, ਪਰ ਇੰਨੀ ਵਧੀਆ ਤਰੀਕੇ ਦੇ ਨਾਲ ਨਹੀਂ ਚੱਲਦੀ, ਕੋਸ਼ਿਸ਼ ਕੀਤੀ ਆ ਵੀ ਇੱਧਰ ਦੇ ਹਿਸਾਬ ਨਾਲ ਅਸੀਂ ਉੱਥੇ ਕਮਰੇ ਬਣਾਉਣੇ ਆ, ਵੀ ਜੇ ਕੋਈ ਬੰਦਾ ਕਰ ਸਕੇ ਸੇਵਾ, ਪਰ ਅਸੀਂ ਕਿਸੇ ਕੋਲ ਮੰਗ ਕੇ ਜਾਂ ਜ਼ੋਰ ਨਾ, ਕਦੇ ਅੱਜ ਤੱਕ ਨਹੀਂ ਲਿਆ। ਹੁਣ ਬਿੱਲੇ ਸਿੰਘ ਜਿਹੜੇ ਬੈਠੇ ਆ, ਇਹ ਪਾਪਾ ਜੀ ਮੁਹਰੇ ਓਪਨ ਲਿਖ ਦਿੰਦੇ ਸੀ ਵੀ ਲਿਖੋ ਜਿੰਨੀ ਲਿਖਣੀ ਆ, ਪਰ ਕਦੇ ਨਹੀਂ ਕਿਹਾ ਨਾ ਮੰਗਿਆ, ਪੈਸਾ ਆਉਂਦਾ। ਅਜੇ ਹੀ 2 ਕਮਰਿਆਂ ਦੀ ਮੇਰੇ ਸਵੇਰੇ ਸਵੇਰੇ ਮੈਂ ਗੱਲ ਕੀਤੀ ਆ, 2 ਕਮਰਿਆਂ ਦੀ ਮੈਨੂੰ ਇੱਥੇ ਆ ਗਈ ਆ। ਮੈਂ ਪਰਸੋਂ ਗੱਲ ਕੀਤੀ ਸੀ 2 ਬੰਦਿਆਂ ਨਾਲ, ਉਹ ਕਹਿੰਦੇ ਵੀ ਪੁੱਛਣ ਦੀ ਲੋੜ ਨਹੀਂ, 1 ਕਮਰੇ ਦੀ ਸੇਵਾ ਜਿਹੜੀ ਆ 3 ਲੱਖ ਰੁਪਈਆ ਵੀ ਅਸੀਂ ਕਰਾਂਗੇ। 4-5 ਕਮਰਿਆਂ ਦੀ ਸੇਵਾ ਤਾਂ ਮੈਨੂੰ ਹੁਣੇ ਹੀ ਆ ਗਿਆ, ਮੈਂ ਜੇ ਉਹ ਤੈਨੂੰ ਕਿਹਾ ਨਹੀਂ। ਚਲੋ ਕਹਿਣ ਦਾ ਭਾਵ ਇਹ ਸੇਵਾਵਾਂ ਚੱਲਦੀਆਂ ਸੰਗਤ ਦੇ ਨਾਲ ਆ, NRI ਦੇ ਨਾਲ ਆ, ਪਰ ਉੱਥੇ ਕੋਈ ਇੱਦਾਂ ਨਹੀਂ ਹੈਗਾ ਵੀ ਹੋਰ ਕੋਈ ਚੱਲਦਾ।
ਗੁਰੂ ਘਰਾਂ ਦੇ ਵਿੱਚ ਜਿੱਥੇ ਵੀ ਹੈਗੇ ਆ ਉਹ ਮਹਾਰਾਜ ਦੀ ਬਾਣੀ ਚੱਲਦੀ ਆ। ਮੈਂ ਕਹੂੰਗਾ ਜੇ ਕੋਈ ਪਾਠ ਨਹੀਂ ਹੋ ਰਿਹਾ ਤੁਸੀਂ ਥੋੜ੍ਹਾ ਪਾਠ ਕਰ ਲਓ, ਪੰਜ ਬਾਣੀਆਂ ਦਾ ਪਾਠ ਨਹੀਂ ਕਰ ਸਕਦੇ, ਜਪ ਜੀ ਸਾਹਿਬ ਦਾ ਕਰੋ, ਪੜ੍ਹੋ ਜ਼ਰੂਰ। ਮਹਾਰਾਜ ਇਹ ਘੜੀ ਆਦੀ ਘੜੀ ਆਦੀ ਹੁਸਿਆਰ ਭਗਤਨ ਸੇਤੀ ਕੋਸ਼ਤੇ ਜੋ ਕੀਨੋ ਸੋ ਲਾਭ। ਟਾਈਮ ਹੋ ਗਿਆ, ਬਹੁਤ ਧੰਨਵਾਦੀ ਹਾਂ, ਬੋਲਦਿਆਂ ਤਾਂ ਕੋਈ ਗਲਤ ਬੋਲ ਹੋ ਗਿਆ ਵੀ, ਪਰ ਮੈਂ ਇਹ ਚਾਹੁੰਦਾ ਸੀ ਵੀ ਮਹਾਰਾਜ ਦਾ ਜਿਹੜਾ ਉਹਨਾਂ ਦੀ ਬਾਣੀ ਆ ਨਾ, ਜਿਹੜੀ ਉਹਨੇ ਲਿਖੀ ਆ, ਉਹਦੇ 'ਚੋਂ ਮੈਂ ਕੁਛ ਕਹਿਣਾ ਚਾਹੁੰਦਾ। ਪਰ ਚਲੋ ਠੀਕ ਆ ਜੀ, ਸਮਾਂ ਹੀ ਹੋ ਗਿਆ, ਕੋਈ ਨੋ ਪ੍ਰੋਬਲਮ, ਅਸੀਂ ਕਿਤੇ ਉੱਧਰ ਨਹੀਂ ਕਰ ਸਕਦੇ। ਧੰਨਵਾਦ ਜੀ ਸਾਰਿਆਂ ਦਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ ਜੀ, ਕੋਈ ਨਾ ਉਹ ਨਾ ਜਾਣ
ਗੁਣੀ ਨਿਦਾਨੇ ਗੁਰੂ ਗਰੀਬ ਨਿਵਾਜ ਜੀਓ ਬੋਲਣਾ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀਓ ਉਪਮਾ ਮਹਾਨ ਗੁਰੂ ਨਾਨਕ ਦੇ ਅੱਖੀਆਂ ਦਾ ਨੂਰ ਨੇ ਰਾਜਾ ਸਾਹਿਬ ਜੀ ਦੀ ਉਪਮਾ ਮਹਾਨ ਰਾਜਾ ਸਾਹਿਬ ਜੀ ਦੀ ਉਪਮਾ ਮਹਾਨ ਪਰ ਮਾਨੂ ਰਾਜ ਜਿਨ੍ਹਾਂ ਪੰਡਿਆ ਬਾਣੀ ਦਾ ਸੁਣੇ ਹਜਾ ਕੇ ਕਾਰੀ ਘਰ ਵੰਡਿਆ ਬਾਣੀ ਦਾ ਸੁਣੇ ਹਜਾ ਕੇ ਕਾਰੀ ਘਰ ਵੰਡਿਆ ਵਹਿਮਾਇਆ ਤੇ ਪਰ ਮਾਨੂ ਰਾਜ ਜਿਨ੍ਹਾਂ ਪੰਡਿਆ ਬਾਣੀ ਦਾ ਸੁਣੇ ਹਜਾ ਕੇ ਕਾਰੀ ਘਰ ਵੰਡਿਆ ਬਾਣੀ ਦਾ ਸੁਣੇ ਹਜਾ ਕੇ ਕਾਰੀ ਘਰ ਵੰਡਿਆ ਮਨਮੁਖ ਬੰਦੇ ਜਿਹੜੇ ਨੇਕ ਕਾਰ ਤੇ ਮਨਮੁਖ ਬੰਦੇ ਜਿਹੜੇ ਨੇਕ ਕਾਰ ਤੇ ਦਿੱਤਾ ਰੱਬ ਜੀ ਦਾ ਸਭ ਨੂੰ ਗਿਆਨ ਗੁਰੂ ਨਾਨਕ ਦੇ ਅੱਖੀਆਂ ਦਾ ਨੂਰ ਨੇ ਰਾਜਾ ਸਾਹਿਬ ਜੀ ਦੀ ਉਪਮਾ ਮਹਾਨ ਗੁਰੂ ਨਾਨਕ ਦੇ ਅੱਖੀਆਂ ਦਾ ਨੂਰ ਨੇ ਰਾਜਾ ਸਾਹਿਬ ਜੀ ਦੀ ਉਪਮਾ ਮਹਾਨ ਲੱਖਾਂ ਦੁਖੀ ਪਾਪੀਆਂ ਦਾ ਦੁਖੀ ਉਨੀ ਹਰੀਆ ਰਿਸ਼ੀਆਂ ਤੇ ਮੁਨੀਆਂ ਨੇ ਜਾਸੀ ਉਹਦਾ ਕਰਿਆ ਰਿਸ਼ੀਆਂ ਤੇ ਮੁਨੀਆਂ ਨੇ ਜਾਸੀ ਉਹਦਾ ਕਰਿਆ ਲੱਖਾਂ ਦੁਖੀ ਪਾਪੀਆਂ ਦਾ ਦੁਖੀ ਉਨੀ ਹਰਿਆ ਰਿਸ਼ੀਆਂ ਤੇ ਮੁਨੀਆਂ ਨੇ ਜਾਸੀ ਉਹਦਾ ਕਰਿਆ ਰਿਸ਼ੀਆਂ ਤੇ ਮੁਨੀਆਂ ਨੇ ਜਾਸੀ ਉਹਦਾ ਕਰਿਆ ਰਾਜੇ ਮਹਾਰਾਜੇ ਆ ਕੇ ਮੱਥਾ ਟੇਕਦੇ ਰਾਜੇ ਮਹਾਰਾਜੇ ਆ ਕੇ ਮੱਥਾ ਟੇਕਦੇ ਸਾਰੇ ਆਖਦੇ ਨੇ ਜਿਹਨੂੰ ਭਗਵਾਨ
ਨਾਨਕ ਦੇ ਅੱਖੀਆਂ ਦਾ ਨੂਰ ਨੇ ਰਾਜਾ ਸਾਹਿਬ ਜੀ ਦੀ ਉਪਮਾ ਮਹਾਨ ਗੁਰੂ ਨਾਨਕ ਦੇ ਅੱਖੀਆਂ ਦਾ ਨੂਰ ਨੇ ਰਾਜਾ ਸਾਹਿਬ ਜੀ ਦੀ ਉਪਮਾ ਮਹਾਨ ਯਾਰ ਹੈ ਗਰੀਬਾਂ ਦਾ ਨਿਮਾਣਿਆਂ ਦਾ ਮਾਣ ਹੈ ਮੰਨੇ ਉਪਦੇਸ਼ੀ ਉਹਦਾ ਹੁੰਦਾ ਕਲਿਆਣ ਹੈ ਮੰਨੇ ਉਪਦੇਸ਼ੀ ਉਹਦਾ ਹੁੰਦਾ ਕਲਿਆਣ ਹੈ ਯਾਰ ਹੈ ਗਰੀਬਾਂ ਦਾ ਨਿਮਾਣਿਆਂ ਦਾ ਮਾਣ ਹੈ ਮੰਨੇ ਉਪਦੇਸ਼ੀ ਉਹਦਾ ਹੁੰਦਾ ਕਲਿਆਣ ਹੈ ਮੰਨੇ ਉਪਦੇਸ਼ੀ ਉਹਦਾ ਹੁੰਦਾ ਕਲਿਆਣ ਹੈ ਨਾਵ ਕਮਲ ਨਾਮ ਰਹੂ ਗੂੰਜਦਾ ਕਮਲ ਨਾਮ ਰਹੂ ਗੂੰਜਦਾ ਜਿੰਨਾ ਚਿਰ ਤੱਕ ਰਹੇਗਾ ਜਹਾਨ ਗੁਰੂ ਨਾਨਕ ਦੇ ਅੱਖੀਆਂ ਦਾ ਨੂਰ ਨੇ ਰਾਜਾ ਸਾਹਿਬ ਜੀ ਦੀ ਉਪਮਾ ਮਹਾਨ ਗੁਰੂ ਨਾਨਕ ਦੇ ਅੱਖੀਆਂ ਦਾ ਨੂਰ ਨੇ ਰਾਜਾ ਸਾਹਿਬ ਜੀ ਦੀ ਉਪਮਾ ਮਹਾਨ ਜਿੰਨਾ ਉਪਦੇਸ਼ ਸੋਹਣਾ ਦਿਲ ਚ ਵਸਾ ਲਿਆ ਦੁਨੀਆਂ ਦੇ ਵਿੱਚ ਉਹਨੇ ਬੜਾ ਕੁਝ ਪਾ ਲਿਆ ਦੁਨੀਆਂ ਦੇ ਵਿੱਚ ਉਹਨੇ ਬੜਾ ਕੁਝ ਪਾ ਲਿਆ ਜਿੰਨਾ ਉਪਦੇਸ਼ ਸੋਹਣਾ ਦਿਲ ਚ ਵਸਾ ਲਿਆ ਦੁਨੀਆਂ ਦੇ ਵਿੱਚ ਉਹਨੇ ਬੜਾ ਕੁਝ ਪਾ ਲਿਆ ਦੁਨੀਆਂ ਦੇ ਵਿੱਚ ਉਹਨੇ ਬੜਾ ਕੁਝ ਪਾ ਲਿਆ ਉਹ ਬੰਦਾ ਰਾਜਾ ਜੀ ਦੇ ਮਨ ਪਾਵਦਾ ਉਹ ਬੰਦਾ ਰਾਜਾ ਜੀ ਦੇ ਮਨ ਪਾਵਦਾ ਜਿਹੜਾ ਲਾਵੇ ਗੁਰਬਾਣੀ ਚ ਧਿਆਨ ਗੁਰੂ ਨਾਨਕ ਦੇ ਅੱਖੀਆਂ ਦਾ ਨੂਰ ਨੇ ਰਾਜਾ ਸਾਹਿਬ ਜੀ ਦੀ ਉਪਮਾ ਮਹਾਨ ਗੁਰੂ ਨਾਨਕ ਦੇ ਅੱਖੀਆਂ ਦਾ ਨੂਰ ਨੇ ਰਾਜਾ ਸਾਹਿਬ ਜੀ ਦੀ ਉਪਮਾ ਮਹਾਨ ਉਹਨਾਂ ਨੇ ਸਵਾਈਆਂ ਚ ਸ਼ਰਾਬ ਪੀਣ ਰੋਕਿਆ ਮੜੀ ਪੂਜਾ ਕਰਦੇ ਜੋ ਉਹਨਾਂ ਨੂੰ ਵੀ ਟੋਕਿਆ ਮੜੀ ਪੂਜਾ ਕਰਦੇ ਜੋ ਉਹਨਾਂ ਨੂੰ ਵੀ ਟੋਕਿਆ ਉਹਨਾਂ ਨੇ ਸਵਾਈਆਂ ਚ ਸ਼ਰਾਬ ਪੀਣੋ ਰੋਕਿਆ ਮੜੀ ਪੂਜਾ ਕਰਦੇ ਜੋ ਉਹਨਾਂ ਨੂੰ ਵੀ ਟੋਕਿਆ ਮੜੀ ਪੂਜਾ ਕਰਦੇ ਜੋ ਉਹਨਾਂ ਨੂੰ ਵੀ ਟੋਕਿਆ
ਨਾਨਕ ਦੇ ਅੱਖੀਆਂ ਦਾ ਨੂਰ ਨੇ ਰਾਜਾ ਸਾਹਿਬ ਜੀ ਦੀ ਉਪਮਾ ਮਹਾਨ ਗੁਰੂ ਨਾਨਕ ਦੇ ਅੱਖੀਆਂ ਦਾ ਨੂਰ ਨੇ ਰਾਜਾ ਸਾਹਿਬ ਜੀ ਦੀ ਉਪਮਾ ਮਹਾਨ